ਸੁੱਚੀ ਕੀ ਫਤਿਹ ਅਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ 'ਤੇ। ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋ ਗਏ, ਰਾਜ ਖੁਸ਼ੀ ਹੋ ਗਏ। ਆਪਾਂ ਜਿਹੜਾ ਵਾਣ ਬਣਾਇਆ ਸੀ ਉਹਦਾ ਅੱਜ ਆਪਾਂ ਬਣਾਵਾਂਗੇ ਮੰਜਾ, ਅਤੇ ਅੱਜ ਆਪਾਂ ਬੰਨ ਰਹੇ ਹਾਂ ਇਹ ਸੰਘਾ। ਸੰਘਾ ਆਪਾਂ ਇਸ ਵਾਣ ਦਾ ਹੀ ਬਣਾਵਾਂਗੇ, ਬਜ਼ਾਰੀ ਦਾ ਹੀ। ਇਹ ਆਪਣੇ ਕੋਲ ਥੋੜ੍ਹਾ ਜਿਹਾ ਹੈਗਾ ਸੀ ਅਤੇ ਆਪਾਂ ਘੇਰੇ ਘੇਰੇ ਆਪਾਂ ਬਣ ਲਿਆ ਵਾ, ਅਤੇ ਹੁਣ ਆਪਾਂ ਇਹਦਾ ਸੰਘਾ ਬੰਨ ਰਹੇ ਹਾਂ। ਅਤੇ ਇਸ ਤਰੀਕੇ ਨਾਲ ਆਪਾਂ ਸੰਘਾ ਬੰਨਾਂਗੇ ਇਹਦਾ, ਅਤੇ ਇਹਨੂੰ ਅਸੀਂ ਸੰਘਾ ਕਹਿੰਦੇ ਹਾਂ। ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਇਹਨੂੰ ਕੀ ਕਹਿੰਦੇ। ਇਸ ਤਰ੍ਹਾਂ ਆਪਾਂ ਸੰਘਾ ਬੰਨ ਲੈਣਾ ਵਾ। ਕੋਈ ਇਹਨੂੰ ਦੰਦੀ ਬੰਨਣ ਕਹਿੰਦੇ ਆ, ਕੋਈ ਇਹਨੂੰ ਸੰਘਾ ਬੰਨਣ ਕਹਿੰਦੇ, ਪਤਾ ਤੁਸੀਂ ਇਹਨੂੰ ਕੀ ਕਹਿੰਦੇ ਤੁਸੀਂ ਸਾਨੂੰ ਦੱਸਿਓ। ਆਪਾਂ ਜਿਹੜੀ ਇਹ ਬੰਨੀ ਜਾਣਾ ਵਾ, ਅਤੇ ਇਹ ਆਪਾਂ ਇਹਦੇ ਘੇਰੇ ਘੇਰੇ ਬੰਨਾਂਗੇ, ਪੈਪ ਦੇ ਮੁੜ ਕੇ ਖਿਸਕਾ ਕੇ ਥੱਲੇ ਨੂੰ ਕਰੀ ਜਾਵਾਂਗੇ, ਅਤੇ ਫਿਰ ਉੱਧਰਲੇ ਪਾਸੇ ਬੰਨਾਂਗੇ। ਅਤੇ ਇਹ ਜੋ ਕੱਲ੍ਹ ਆਪਾਂ ਸੰਘਾ ਬਣਾਇਆ ਸੀ ਮਾਤਾ ਸਾਡੀ ਨੇ ਬਣਾਇਆ ਸੀ, ਆਹ ਦੇਖੋ ਆਹ ਸਾਰਾ ਇਸ ਤਰੀਕੇ ਨਾਲ ਇੱਧਰ ਵੀ ਆਪਾਂ ਕਰ ਲਿਆ, ਇਸ ਤਰੀਕੇ ਨਾਲ ਕਰ ਲਿਆ। ਅਤੇ ਹੁਣ ਇਸ ਤਰੀਕੇ ਨਾਲ ਡੰਡਾ ਵਿੱਚ ਰੱਖ ਕੇ ਅਤੇ ਇਹਨੂੰ ਘੁਮਾਇਆ ਜਾਊਗਾ। ਚਲੋ ਜੀ ਘੁਮਾਓ, ਇਹਦਾ ਵੀ ਆਪਾਂ ਵੱਟ ਚਾੜ ਕੇ ਨਾ ਤਕਰੀਬਨ ਮਾਤਾ ਇਹਨੂੰ ਕੀ ਕਰ ਲੈਣਾ, ਇਹਨੂੰ ਵੱਟ ਚਾੜ ਕੇ ਕੱਸ ਕੇ ਇੱਥੇ ਡੰਡੇ ਨਾਲ ਰੱਖ ਲੈਂਦੇ। ਇਹਨੂੰ ਸਾਰਿਆਂ ਨੂੰ ਸੰਘਾ ਕਹਿੰਦੇ ਆ? ਹਾਂ, ਇਹਨੂੰ ਸਾਰਿਆਂ ਨੂੰ ਸੰਘਾ ਵੀ ਕਹਿੰਦੇ, ਦੰਦੀ ਵੀ ਕਹਿੰਦੇ। ਅੱਛਾ, ਮੈਂ ਸਮਝਦਾ ਵੀ ਇਹਨੂੰ ਇਕੱਲੇ ਨੂੰ ਕਹਿੰਦੇ ਆ। ਡੈਡੀ ਨੇ ਇਹ ਸਾਰਾ ਵੱਟ ਚਾੜ ਲਿਆ ਇਸ ਤਰੀਕੇ ਨਾਲ, ਕੋਈ ਵੀ ਡੰਡਾ ਲੈ ਕੇ ਨਾ ਵਿੱਚ ਆਵੇ, ਅਤੇ ਆਹ ਵੇਖੋ ਇਹਦਾ ਇਸ ਤਰੀਕੇ ਨਾਲ ਰੱਸੇ ਦਾ ਰੂਪ ਬਣ ਜਾਂਦਾ, ਅਤੇ ਇਹਦੇ ਨਾਲ ਮੁੜ ਕੇ ਪੈਂਦ ਮਾਤਾ ਇਹਦੇ ਨਾਲ ਪੈਂਦੀ ਆ। ਹਾਂ, ਇਹਦੇ ਨਾਲ ਪੈਂਦ ਵੀ ਪਊਗੀ ਅਤੇ ਵਾਣ ਵੀ ਇਹਦੇ ਨਾਲ ਹੀ ਮੰਜਾ ਬਣਿਆ ਜਾਣਾ। ਠੀਕ ਆ, ਠੀਕ ਆ। ਅਤੇ ਜਿਹੜੇ ਮੇਰੇ ਅੱਗੇ ਨਵੇਂ ਆ ਉਹਨਾਂ ਨੂੰ ਨਹੀਂ ਪਤਾ ਵੀ ਇਸ ਚੀਜ਼ ਨੂੰ ਕੀ ਕਹਿੰਦੇ ਆ, ਤਾਂ ਸਾਰਾ ਆਪਾਂ ਸੰਖੇਪ 'ਚ ਦੱਸ ਰਹੇ ਹਾਂ। ਆਹ ਪੂਰਾ ਟਾਇਟ ਹੋ ਗਿਆ ਵੇਖੋ, ਪੂਰਾ ਟਾਇਟ ਹੋ ਗਿਆ। ਇਹਨਾਂ ਦੋਵਾਂ ਸਾਈਡਾਂ ਦੇ ਵੀ ਰੱਸੀਆਂ ਬੰਨਣੀਆਂ, ਕੁੱਧ ਤੇ ਕੋਧੜ। ਹਾਂਜੀ, ਇਹ ਹਾਂਜੀ ਦੇਖੋ ਇਹ ਉਹ ਵਾਣ ਆ ਜਿਹੜਾ ਆਪਾਂ ਵਾਣ ਬਣਾਇਆ, ਤੇ ਵਾਣ ਦੇ ਵੱਟਣ ਦੀ ਵੀਡੀਓ ਅਸੀਂ ਪਾਈ ਆ, ਉਹਦੇ ਵਿੱਚ ਕਾਫੀ ਲੋਕਾਂ ਨੇ ਪਿਆਰ ਵਾਲੇ ਕਮੈਂਟ ਵੀ ਕੀਤੇ, ਕਿਸੇ ਨੇ ਗੁੱਸੇ ਵਾਲੇ ਕਮੈਂਟ ਵੀ ਕੀਤੇ ਆ ਵੀ ਇਹ ਤੁਸੀਂ ਪੱਗਾਂ ਦਾ ਵਾਣ ਕਿਉਂ ਬਣਾਇਆ, ਤੁਸੀਂ ਵਿਅਦ ਵੀ ਕੀਤੀ ਪੱਗਾਂ ਦੀ। ਧੰਨਵਾਦ ਉਹਨਾਂ ਦਾ ਵੀ ਜਿਨ੍ਹਾਂ ਨੇ ਗੁੱਸੇ ਦਾ ਕੀਤੇ ਆ। ਨਹੀਂ ਨਹੀਂ, ਮਤਲਬ ਗੱਲ ਮਤਲਬ ਆਪਾਂ ਬੜੀ ਸਮਝ ਹੁੰਦੀ ਏ, ਤੇ ਇਹ ਨਾ ਕੱਪੜੇ ਦਾ ਰੂਪ ਬਦਲ ਜਾਂਦਾ ਵਾ, ਜਦੋਂ ਸਿਰ ਤੇ ਹੁੰਦੀ ਪੱਗ ਹੁੰਦੀ ਉਦੋਂ ਸਤਿਕਾਰ ਪੂਰਾ ਵਾ, ਤੇ ਪਰ ਜਦੋਂ ਇਹ ਆਪਾਂ ਉਹਨੂੰ ਲੀਰਾਂ ਲੀਰਾਂ ਕਰਕੇ ਪਾੜ ਲਾਂਗੇ ਤਾਂ ਕੱਪੜੇ ਦਾ ਰੂਪ ਬਦਲ ਜਾਂਦਾ, ਪੱਗ ਨਹੀਂ ਨਾ ਰਹਿੰਦੀ ਫਿਰ, ਉਹ ਤਾਂ ਲੀਰਾਂ ਬਣ ਜਾਂਦੀਆਂ। ਤੇ ਪੱਗ ਨੂੰ ਜਦੋਂ ਮਤਲਬ ਕੋਈ ਨਹੀਂ, ਤਾਂ ਵੇਖੋ ਨਹਿਰ 'ਚ ਮਤਲਬ ਡਿੱਗ ਪਏ ਕੋਈ ਬੰਦਾ ਐਕਸੀਡੈਂਟ ਦੇ ਦੌਰਾਨ, ਉਹਨੂੰ ਪੱਗ ਦੇ ਲਮਕਾ ਕੇ ਕੱਢਦੇ ਆ, ਤਾਂ ਉਦੋਂ ਰੱਸੇ ਦਾ ਰੂਪ ਹੀ ਬਣ ਜਾਂਦਾ ਪੱਗ ਦਾ ਵੀ। ਹਾਂਜੀ ਹਾਂਜੀ, ਅਤੇ ਆਪਾਂ ਕਿਸੇ ਨੂੰ ਸੈਟਿਸਫਾਈ ਨਹੀਂ ਕਰ ਸਕਦੇ, ਪਰ ਆਪਾਂ ਵਿਅਦ ਵੀ ਕੋਈ ਨਹੀਂ ਕੀਤੀ। ਅਤੇ ਇਹ ਮੰਜੇ ਦੀ ਸ਼ੁਰੂਆਤ ਹੋ ਰਹੀ ਆ, ਇੱਥੇ ਇਹਨਾਂ ਨੇ ਇਹਦਾ ਲੜ ਬੰਨ ਲਿਆ। ਹਾਂਜੀ, ਅੱਛਾ ਮੰਜੇ ਦਾ ਜੀ ਕਹਿੰਦੇ ਆ, ਓਕੇ ਓਕੇ। ਤੁਸੀਂ ਦੱਸਿਓ ਆਪਣੇ ਤੁਹਾਡੇ ਏਰੀਏ 'ਚ ਇਹਨੂੰ ਕੀ ਕਹਿੰਦੇ ਆ, ਜੇ ਇਹ ਤੋਂ ਮੰਜਾ ਸ਼ੁਰੂ ਹੁੰਦਾ ਵਾ, ਸਾਡੇ ਏਰੀਏ 'ਚ ਉਹਨੂੰ ਕਹਿੰਦੇ ਆ ਮੰਜੇ ਦਾ ਜੀ ਪਾਉਣ ਲੱਗੇ ਆ।
ਹਾਂਜੀ ਤੇ ਇਹਨੂੰ ਉਧਰ ਬੰਨ ਕੇ ਇਸ ਤਰੀਕੇ ਨਾਲ ਤੇ ਹੁਣ ਇਧਰ ਵਲ ਪਾਉਂਦੇ ਹਾਂ ਇਹਦੇ ਆਪੋਜ਼ਿਟ ਇਹਦੇ ਜਿਹੜਾ ਬਰਾਬਰ ਹੁੰਦਾ ਨਾ ਬਰਾਬਰ ਤੇ ਮਤਲਬ ਵਲ ਪਾਉਂਦਾ ਤਰੀਕਾ ਸਾਰਾ ਦੱਸੋ ਵਲ ਇੱਕ ਐਨੂੰ ਪਾਉਣਾ ਵਾ ਹਾਂ ਇੱਕ ਪਿੱਛੇ ਨੂੰ ਪਾਉਣਾ ਵਾ ਓਕੇ ਦੋ ਵਲ ਪਾਲੇ ਆ ਮਾਤਾ ਸਾਡੀ ਨੇ ਖੁੱਲਾ ਜਿਹਾ ਕਰਕੇ ਨਾ ਵੇਖੋ ਮੜਾ ਦਿਖਾਓ ਹਾਂਜੀ ਹਾਂਜੀ ਹਾਂ ਇਦਾਂ ਵਲ ਪੈ ਗਿਆ ਏ ਠੀਕ ਇੱਕ ਹੱਥ ਉਧਰ ਨੂੰ ਕਰਨਾ ਇੱਕ ਉਧਰ ਨੂੰ ਕਰਨਾ ਤੇ ਆਹ ਦਾ ਲੌਕ ਜਿਹਾ ਬਣ ਗਿਆ ਹਾਂ ਇਹ ਹੁਣ ਆਪਾਂ ਪਾਵੇ ਦੇ ਵਿੱਚ ਖੁੱਲਾ ਕਰਕੇ ਨਗਾ ਲੈਣਾ ਵਾ ਠੀਕ ਇਹਦੇ ਨੂੰ ਕਸ ਲੈ ਨਗਾਓ ਨਗਾਓ ਢਿੱਲ ਛੱਡੋ ਜੀ ਇਧਰੋਂ ਛੱਡੋ ਢਿੱਲ ਉਧਰ ਸਾਡੇ ਇੱਕ ਟੀਮ ਦਾ ਮੈਂਬਰ ਬੈਠਾ ਸਾਡੇ ਬਾਪੂ ਤੇ ਉਹ ਵੀ ਉਧਰ ਆਪਣਾ ਇਹ ਕੁਦ ਨੂੰ ਖਿੱਚਣਾ ਪੈਂਦਾ ਨਾ ਉਪਰੋਂ ਪਾਵੇ ਦੇ ਸਿਰ ਦੇ ਨਾਲ ਲਾ ਕੇ ਇਹ ਬਹੁਤ ਔਖਾ ਕੰਮ ਆਣਾ ਮਾਤਾ ਇਹ ਮੰਜੇ ਦੇ ਥੱਲਿਓਂ ਦੀ ਨਗਾ ਲਿਆ ਹਾਂਜੀ ਦੱਸੋ 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 ਕੋਈ ਨੀ ਇਹ ਪਾਵੇ ਦੇ ਥੱਲਿਓਂ ਦੀ ਨਗਾਉਣਾ ਬਹੁਤ ਔਖਾ ਸਾਰੇ ਤਿੰਨ ਜਣੇ ਘੁਲਦਾ ਉਹ ਨਗਾ ਲਿਆ ਤਿੰਨਾਂ ਜਣੇ ਨੇ ਚਲ ਕੱਸੋ ਫਿਰ ਆਹ ਵੇਖੋ ਹੁਣ ਆਪਾਂ ਕੱਸ ਲਿਆ ਵਾ ਤੇ ਇਹਦੇ ਨਾਲ ਲੱਗ ਗਿਆ ਬਿਲਕੁਲ ਨਾ ਮਤਲਬ ਉਧਰੋਂ ਰੱਸੀ ਖਿੱਚੀ ਜਾਣੀ ਉਹ ਵੇਖੋ ਉਧਰੋਂ ਰੱਸੀ ਖਿੱਚੀ ਜਾਂਦੇ ਆ ਇਸ ਤਰੀਕੇ ਨਾਲ ਇਹਨੂੰ ਇਹਦੇ ਨਾਲ ਲਾ ਲਿਆ ਛੱਡੋ ਮਤਲਬ ਦਿਖਾਈਏ ਹਾਂਜੀ ਹਾਂਜੀ ਆਸ ਤਰੀਕੇ ਨਾਲ ਇਹ ਮੰਜੇ ਦੇ ਨਾਲ ਨਾਲ ਇਹ ਵੀ ਇਸ ਮੰਜੇ ਦੀ ਉਦਘਾਟਨ ਹੋ ਗਿਆ ਇਹ ਮੰਜੇ ਦਾ ਜੀ ਪੈ ਗਿਆ ਇਹਨੂੰ ਮੰਜੇ ਦਾ ਜੀ ਇਹਦੇ ਇਹਦੇ ਸਿਰ ਤੇ ਹੀ ਮੰਜਾ ਵਾ ਠੀਕ ਆ ਚੰਗੇ ਕਮੈਂਟ ਕੀਤੇ ਉਹਨਾਂ ਦਾ ਵੀ ਧੰਨਵਾਦ ਤੇ ਆਹ ਵੇਖੋ ਆਹ ਸਾਰਾ ਵਾਣ ਪਿਆ ਤੇ ਹੁਣ ਇਹ ਮੰਜੇ ਦਾ ਸ਼ੁਰੂਆਤ ਹੋ ਚੁੱਕੀ ਆ ਤੇ ਉਸੇ ਤਰੀਕੇ ਨਾਲ ਆਪਾਂ ਦੂਜਾ ਜੀ ਪਾ ਕੇ ਉਹ ਵੀ ਆਵੇ ਕੱਸ ਲਿਆ ਇੱਕ ਪਹਿਲਾ ਵਾ ਤੇ ਆਹ ਦੂਜਾ ਇਹਨੂੰ ਆਪਾਂ ਕੱਸ ਲੈਣਾ ਉਸੇ ਤਰੀਕੇ ਨਾਲ ਇਹ ਮਤਲਬ ਦੋ ਜੀ ਪਾਉਣ ਦਾ ਕੀ ਮਤਲਬ ਦੋਹਰਾ ਮਤਲਬ ਚਾਰ ਰੱਸੀਆਂ ਕਰਨੀਆਂ ਹੁੰਦੀਆਂ ਨਾ ਅੱਛਾ ਇਹਦੀਆਂ ਚਾਰ ਰੱਸੀਆਂ ਕਰਨੀਆਂ ਆਹ ਦੇਖੋ ਆਹ ਰੱਸੀ ਇੱਧਰ ਸੁੱਟ ਲਈ ਆ ਇੱਧਰ ਸਣਾ ਹੋਣਾ ਇੱਧਰ ਸੁੱਟ ਲਿਆ ਮਤਲਬ ਪਿੰਨਾ ਇੱਧਰ ਸੁੱਟ ਲੈ ਰੱਸੀ ਉੱਧਰ ਫੜਾ ਰੱਸੀ ਅੱਛਾ ਰੱਸੀ ਪਿੰਨਾ ਇੱਧਰ ਰੱਖਣਾ ਵਾ ਠੀਕ ਆ ਤੇ ਇਹ ਰੱਸੀ ਇਹਦੇ ਪਾਵੇ ਥੱਲੇ ਨੂੰ ਲਗਾਉਣੀ ਆ ਠੀਕ ਆ ਅੱਛਾ ਜੀ ਅੱਛਾ ਜੀ ਇਸੇ ਤਰੀਕੇ ਨੇ ਨੌ ਪਾਉਣੀਆਂ ਅਠਾਰਾਂ ਇਹ ਇਧਰੋਂ ਫੇਰ ਉਧਰ ਠੀਕ ਆ ਠੀਕ ਅਠਾਰਾਂ ਪਾ ਕੇ ਤੇ ਮੁੜ ਕੇ ਨਵਾਂ ਦਾ ਭੰਨ ਦੇਣਾ ਅੱਛਾ ਇਧਰੋਂ ਉਧਰ ਤੇ ਉਧਰੋਂ ਇਧਰ ਆਹ ਵੇਖੋ ਹੁਣ ਫਿਰ ਉਸੇ ਤਰੀਕੇ ਨਾਲ ਫਿਰ ਮੰਜੀ ਪਾਵੇ ਥੱਲੇ ਹੁਣ ਚੁੱਕ ਕੇ ਇੱਦਾਂ ਕਰਦਿਆਂ ਕਰਦਿਆਂ ਤਿੰਨ ਰੱਸੀਆਂ ਹੋ ਗਈਆਂ ਇੱਧਰ ਅਤੇ ਤੀਜੀ ਇੱਧਰ ਹੋ ਗਈ ਆ ਆਹ ਦੇਖੋ ਹੁਣ ਇੱਕ ਤੁਹਾਨੂੰ ਦੇ ਫਿਰ ਦਿਖਾਉਂਦੇ ਹਾਂ ਇਹ ਚੌਥੀ ਫਿਰ ਐਨ ਸੁੱਟ ਲਿਆ ਮਾਵਾਂ ਨੇ ਆਹ ਦੇਖੋ ਹੁਣ ਇਹ ਫਾਲਤੂ ਰੱਸੀ ਨਾ ਆਪਾਂ ਸੰਘਾ ਬੰਨ ਲਿਆ ਜਿਉਂ ਜਿਉਂ ਰੱਸੀਆਂ ਉੱਧਰ ਪੈਂਦੀਆਂ ਜਾਂਦੀਆਂ ਤਿਉਂ ਤਿਉਂ ਇਹ ਪਛਾਂ ਹੋਈ ਜਾਂਦਾ ਅਤੇ ਇਹਨੂੰ ਆਪਾਂ
ਉਸ ਤਰੀਕੇ ਨਾਲ ਉਧਰ ਬੰਨ ਲਾਂਗੇ ਸੇਰੂ ਦੇ ਨਾਲ। ਇਹ ਮੰਜੇ ਦਾ ਜਿਹੜਾ ਛੋਟਾ ਹਿੱਸਾ ਉਹਨੂੰ ਸੇਰੂ ਕਹਿੰਦੇ ਆ, ਅਤੇ ਜਿਹੜਾ ਇਹ ਲੰਬਾ ਹਿੱਸਾ ਇਹਨੂੰ ਬਾਈ ਕਹਿੰਦੇ ਆ। ਚਾਰ ਪਾਵੇ ਹੁੰਦੇ ਮੰਜੇ ਦੇ, ਹੁਣ ਤਾਂ ਪਹਿਲਾਂ ਲੱਕੜ ਦੇ ਹੁੰਦੇ ਸੀ, ਹੁਣ ਸਾਰਾ ਕੁਝ ਲੋਹੇ ਦਾ ਬਣ ਗਿਆ ਜਿਉਂ ਜਿਉਂ। ਹਾਂ ਉਹ ਵੇਖੋ, ਉਹ ਵੀ ਅਸੀਂ ਇਸੇ ਆਵਾਜ਼ ਨਾਲ ਆਉਣੇ ਆ, ਅਤੇ ਉੱਥੇ ਵੀ ਕੋਈ ਵਿਅਦ ਵੀ ਨਹੀਂ, ਚਲੋ ਬੰਦੇ ਬਹਿੰਦੇ ਆ, ਪਰ ਜਦੋਂ ਕੱਪੜੇ ਦਾ ਰੂਪ ਬਦਲ ਜਾਂਦਾ ਨਾ, ਉਦੋਂ ਉਹਦੀ ਅਹਿਮੀਅਤ ਵੀ ਬਦਲ ਜਾਂਦੀ ਆ। ਵੇਖੋ ਪੱਗਾਂ ਦੇ ਥਾਣ ਮਾਤਾ ਉੱਥੇ ਪੈ ਹੁੰਦੇ ਆ, ਤੇ ਉਹ ਨਾ ਬੀਬੀਆਂ ਲਾਉ ਆਪਣੇ ਲਾਉਣ ਨੂੰ ਕੱਪੜੇ ਵੀ ਖੜਦੀਆਂ ਵਾ। 18 ਰੱਸੀਆਂ ਆਪਣੀਆਂ ਜਿਹੜੀਆਂ ਪਾਉਣੀਆਂ ਸੀ ਆਪਾਂ ਪੈ ਗਈਆਂ ਵਾ। ਹਾਂਜੀ, ਤੇ ਇਹਦੇ ਵਿੱਚੋਂ ਆਪਾਂ ਹੁਣ 9 ਰੱਸੀਆਂ ਜਿਹੜੀਆਂ ਵਾ ਗਿਣ ਕੇ ਉਹਨਾਂ ਨੂੰ ਐ ਭੰਨ ਦਾਂਗੇ। ਭੰਨਣਾ ਮਤਲਬ ਵੀ ਇਹਦੇ ਵਿੱਚ ਦੀ ਕੱਢ ਦਾਂਗੇ। ਹਾਂ ਠੀਕ, ਤੇ ਇਧਰੋਂ ਵੀ ਇਧਰੋਂ ਭੰਨ ਦਾਂਗੇ। ਅੱਛਾ ਜੀ, ਤੇ ਆ ਵੇ 9 ਰੱਸੀਆਂ। ਹਾਂਜੀ, ਇਹਨਾਂ ਨੂੰ ਨਾਲ ਹੀ ਤਾਂ ਨਾਪਤਾ ਤੇ ਨਾਲ ਹੀ ਜੀ ਵਾਲੀ ਰੱਸੀਆਂ ਨੂੰ ਨਾਪਤਾ। ਹਾਂਜੀ ਹਾਂਜੀ ਠੀਕ ਆ, ਇਹਨਾਂ ਨੂੰ ਚੁੱਕਿਆ ਜਾਊਗਾ ਇਸ ਤਰ੍ਹਾਂ, ਨੱਪਣ ਚੁੱਕਣ ਦਾ ਹੀ ਇਹ ਮੰਜਾ ਬਣਨਾ। ਅੱਛਾ ਜੀ ਠੀਕ, ਰੱਸੀਆਂ ਨਾਪਤੀਆਂ ਕੁਝ ਭੰਨਦੀਆਂ, ਤੇ ਇਹਨੂੰ ਐਸ ਪਾਵੇ ਥਾਣੀ ਕੱਢਣਾ। ਹੁਣ ਐਸ ਪਾਵੇ ਥਾਣੀ ਕੱਢਣਾ ਠੀਕ ਆ। ਦੇਖੋ ਐਸ ਪਾਵੇ ਥਾਣੀ, ਚਲੋ ਜੀ ਕੱਢ ਕੇ, ਤੇ ਇੱਧਰ ਵੀ ਤੁਸੀਂ ਦੇਖਿਓ ਜਿਹੜੀ ਆਹ ਰੱਸੀ ਆ ਵਿੱਚ ਦੀ, ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਇੱਧਰੋਂ ਵੀ ਉਹੀ ਦੇਖੋ, ਇੱਧਰ 9-9 ਕਰਕੇ ਦੁਬਾਰਾ ਦੂਜੀ ਰੱਸੀ ਪਾ ਲਈ ਆ, ਅਤੇ ਸੇਮ ਇੱਧਰ ਪ੍ਰੋਸੈਸ ਉਹੀ ਆ, ਅਤੇ ਇੱਧਰੋਂ ਵੀ ਭੱਜਦਾ ਜਾਂਦਾ ਵਾ, ਅਤੇ ਇਸੇ ਤਰੀਕੇ ਨਾਲ ਗਾਂਹ ਮੁੜ ਕੇ ਜਿੱਦਾਂ ਅੱਗੋਂ 18 ਹੋ ਗਈਆਂ, ਅਤੇ ਫਿਰ ਅਗਲੀਆਂ 9 ਭੰਨਣੀਆਂ, ਇਸੇ ਤਰੀਕੇ ਨਾਲ ਕਰਦੇ ਕਰਦੇ ਇਹ ਸਾਰਾ ਮੰਜਾ ਬਣ ਜਾਣਾ ਵਾ। ਅਤੇ ਆਹ ਰੱਸੀਆਂ ਕਿੰਨੀਆਂ ਪਾਉਣੀਆਂ? 9 ਪਾਉਣੀਆਂ। ਇਹ ਵੀ 9 ਹੀ ਪਾਉਣੀਆਂ, 9 ਦਾ ਪਹਾੜਾ ਹੀ ਆ ਗਏ। ਅਤੇ ਆਹ ਵੇਖੋ, ਆਹ ਵੇਖੋ ਇਸੇ ਤਰੀਕੇ ਨਾਲ ਆਹ 9-9 ਰੱਸੀਆਂ ਦਾ ਸੰਘਾ ਭੱਜਿਆ, ਇਸੇ ਤਰੀਕੇ ਨਾਲ ਹੁਣ ਆਪਾਂ ਆਹ ਵੀ ਮੰਜਾ ਬਣਾਵਾਂਗੇ, ਅਤੇ ਇਹਦੇ ਨੂੰ ਪਿੱਛੋਂ ਉਤਰ ਜਾਂਦਾ, ਹੁਣ ਆਪਾਂ ਪੈਂਦ ਪਾਵਾਂਗੇ। ਪੈਂਦ ਵੀ ਆਪਾਂ ਨਵੇਂ ਤਰੀਕੇ ਦੀ ਲਿਆਂਦੀ ਆ, ਵੇਖੋ ਕਿੰਨੀ ਵਧੀਆ, ਇਹ ਵੀ ਕੱਪੜੇ ਦੀ ਬਣੀ ਆ। ਹੁਣ ਇੱਥੇ ਨਾ ਕੋਈ ਕਮੈਂਟ ਕਰਿਓ ਵੀ ਇਹ ਵੀ ਵਿਅਦ ਵੀ ਕਰਦੀ ਆ, ਅਤੇ ਆਹ ਦੇਖੋ ਹੁਣ ਇਸ ਤਰ੍ਹਾਂ ਨਾਲੋ ਨਾਲ ਆਪਾਂ ਪੈਂਦ ਪਾਵਾਂਗੇ। ਹਾਂਜੀ, ਨਾਲੋ ਨਾਲ ਪੈਂਦ ਪਾਈ ਜਾਵਾਂਗੇ ਨਾ। ਹਾਂ, ਜਿਉਂ ਜਿਉਂ ਮੰਜੇ ਨੂੰ ਕੱਸ ਪੈਂਦੀ ਆ ਤਿਉਂ ਤਿਉਂ ਆਪਾਂ ਪੈਂਦ ਪਾਈ ਜਾਵਾਂਗੇ, ਇਸ ਤਰ੍ਹਾਂ ਫਿਰ ਵਧੀਆ ਮੰਜਾ ਬਣਦਾ। ਹਾਂਜੀ ਹਾਂਜੀ, ਅਤੇ ਉੱਧਰ ਵੇਖੋ ਤੁਸੀਂ ਦੱਸਿਓ ਵੀ ਤੁਹਾਡੇ ਏਰੀਏ 'ਚ ਇਹਨੂੰ ਕੀ ਕਹਿੰਦੇ ਆ, ਕੋਈ ਮਤਾ ਇਹਨੂੰ ਕੀ ਕਹਿੰਦੇ, ਹੋਰ ਵੀ ਏਰੀਏ 'ਚ ਕਹਿੰਦੇ ਇਹਨੂੰ ਗਦਾ ਨਾ? ਪੈਂਦ ਨੂੰ ਦੌਣ ਕਹਿੰਦੇ ਆ, ਪਤਾ ਕੀ ਕਹਿੰਦੇ ਆ, ਦੌਣ ਰੱਸੀ ਨੂੰ ਕਹਿੰਦੇ ਆ ਨਾ, ਦੌਣ ਕੇ ਰੱਸੀ ਨੂੰ ਦੌਣ ਵੀ ਕਹਿ ਦਿੰਦੇ ਆ। ਆਹ ਤਾਂ ਰੱਸੀ ਆ, ਇਹ ਵੀ ਰੱਸੀ ਆ। ਹਾਂਜੀ ਹਾਂਜੀ, ਦੌਣ ਵੀ ਕਹਿੰਦੇ ਪੈਂਦ ਨੂੰ, ਮੈਨੂੰ ਲੱਗਦਾ ਇਹ ਆਪੋ ਆਪਣੇ ਇਲਾਕੇ ਦੀ ਬੋਲੀ ਆ, 12 ਕੋਹ ਤੇ ਬੋਲੀ ਬਦਲ ਜਾਂਦੀ ਆ। ਤੇ ਆਹ ਵੇਖੋ ਇੱਕ ਸੰਘਾ ਸਾਡਾ ਤਿਆਰ ਹੋ ਗਿਆ, ਤੇ ਦੂਜਾ ਮੁੜ ਕੇ ਨਾਲ ਹੀ ਇੱਥੋਂ 9 ਰੱਸੀਆਂ ਗਿਣ ਕੇ, ਅਤੇ ਉਹ ਵੀ ਹੁਣ ਦੂਜਾ ਸੰਘਾ ਨਾਲ ਹੀ ਇੱਦਾਂ ਭੰਨ ਦਾਂਗੇ। ਤਾਂ ਵੀਡੀਓ ਤੁਹਾਨੂੰ ਵਿਖਾਵਾਂਗੇ ਜਦੋਂ ਅੱਧੇ ਤੱਕ ਮੰਜਾ ਪਹੁੰਚ ਗਿਆ, ਵੀ ਇਹਦਾ ਕਿੱਦਾਂ ਦਾ ਬਣ ਜਾਂਦੀ ਦੇਖੇ ਦੀ। ਬਹੁਤ ਸੋਹਣਾ ਮੰਜਾ ਬਣਦਾ ਵਾ, ਰੰਗ ਬਿਰੰਗਾ। ਆਹ ਵੇਖੋ ਨਾਲ ਨਾਲ ਕੱਸ ਕੇ ਪੈਂਦ ਪਈ ਜਾਂਦੀ ਆ। ਆਹ ਵੇਖੋ ਜੀ, ਜਿਹੜੀਆਂ 9 ਰੱਸੀਆਂ ਆਪਾਂ ਪਹਿਲਾਂ ਭੰਨੀਆਂ ਸੀ ਨਾ, ਹੁਣ 9 ਤੋਂ ਅੱਗੇ ਆਪਾਂ ਪਹਿਲਾਂ ਜੀ ਦੀ ਰੱਸੀ ਚੁੱਕ ਕੇ 3 ਰੱਸੀਆਂ ਪਾਈਆਂ ਵਾ, ਜੀ ਦੀਆਂ 4 ਰੱਸੀਆਂ ਚੁੱਕ ਕੇ ਫਿਰ ਨਾਲ ਜੀ ਦੇ 3-3 ਨਾਲ ਨਾਲ ਹੋਰ ਚੁੱਕੀ ਜਾਣੀਆਂ, ਇਸੇ ਤਰ੍ਹਾਂ ਹੀ ਇਹ ਬੁਣਤੀ ਬਣੀ ਜਾਣੀ ਆ। ਅਤੇ ਫਿਰ ਜਦੋਂ ਆਹ 3 ਪੈ ਗਈਆਂ, ਆਹ 3 ਪੈ ਗਈਆਂ, 3 ਹੋਰ ਪੈ ਗਈਆਂ, ਅਤੇ ਫਿਰ ਆਪਾਂ ਸੰਘਾ ਬੰਨਣਾ ਵਾ, ਅਤੇ ਇਸੇ ਤਰ੍ਹਾਂ ਹੀ ਇਹ ਗਾਂ ਬੁਣਤੀ ਤੁਰੀ ਜਾਣੀ, ਘੇਰੇ ਘੇਰੇ ਇਹਦੇ 'ਚ ਬਣ ਜਾਣੇ ਆ ਚੌਰਸ ਇਸ ਬੁਣਤੀ ਦੇ। ਬਸ ਇੰਨੀ ਜਾਣਕਾਰੀ ਮੰਜੇ ਤਿਆਰ ਇੱਕ ਕਰਦੇ ਹਾਂ, ਕਰਾਉਂਦੇ ਹਾਂ, ਇਸਕੋ ਤੱਕ ਕੰਮ ਪਹੁੰਚ ਗਿਆ ਵਾ। ਹਾਂ ਵੇਖੋ ਇੱਦਾਂ ਦਾ ਮੰਜਾ ਬਣ ਗਿਆ, ਵੀ ਦੇਖਿਓ 1, 2, 3, 4, 5, 6 ਤੇ 7ਵਾਂ, ਸੱਤਵਾਂ ਆਹ ਨਵਾਂ ਭੁੰਨਣ ਲੱਗੇ ਹੁਣ, ਜਿਹਦਾ ਪਹਿਲਾਂ ਭੁੰਨਿਆ ਸੀ ਉਸੇ ਤਰੀਕੇ ਨਾਲ ਹੀ। ਇੱਧਰੋਂ ਵੀ ਇੰਨਾ ਕੁ ਬਣ ਗਿਆ,
ਤੇ ਇਧਰੋਂ ਮੀਨਾ ਕੁ ਬਣ ਗਿਆ ਇਸ। ਆ ਲਓ ਜੀ, ਜਿਹੜਾ ਆਪਾਂ ਮੰਜਾ ਸ਼ੁਰੂ ਕੀਤਾ ਸੀ ਆਪਣਾ ਮੰਜਾ ਤਕਰੀਬਨ ਬਣ ਗਿਆ, ਅਤੇ ਦੋ ਸੰਗੇ ਆਪਾਂ ਹੋਰ ਭੰਨਾਂਗੇ ਅਤੇ ਫਿਰ ਇਹਦਾ ਆਪਾਂ ਐਂਡ ਕਰਾਂਗੇ ਅਤੇ ਫਿਰ ਤੁਹਾਨੂੰ ਦੱਸਾਂਗੇ। ਅਤੇ ਥੋੜ੍ਹੀਆਂ ਜਿਹੀਆਂ ਰੱਸੀਆਂ ਰਹਿ ਗਈਆਂ, ਤਕਰੀਬਨ 6 ਕੁ ਰੱਸੀਆਂ ਰਹਿ ਗਈਆਂ। ਇਹਨਾਂ ਰੱਸੀਆਂ ਨੇ ਓਨਾ ਟਾਈਮ ਰਹਿਣਾ ਜਿੰਨਾ ਪੂਰੇ ਮੰਜੇ ਨੇ ਲਿਆ, ਹੁਣ ਓਨਾ ਇੰਨੇ ਕੁ ਸਾਨੂੰ ਲੱਗਣਾ ਵਾ ਜਿੰਨਾ ਆਹ ਸਾਰੇ ਮੰਜਾ ਸੌਖਾ ਹੋਣਿਆ ਗਿਆ। ਪਰ ਆਹ ਜਿਹੜੀਆਂ 6 ਰੱਸੀਆਂ ਇਹਨਾਂ ਨੇ ਬਹੁਤ ਖਪਾਉਣਾ, ਤੇ ਉਹ ਹੁਣ ਘੋਲ ਆਪਣਾ ਚੱਲ ਲੈਂਦੇ ਆ ਤੇ ਹਾਥੀ ਨਿਕਲ ਗਿਆ ਤੇ ਪੂਛ ਰਹਿ ਗਈ। ਪੂਛ ਰਹਿ ਗਈ ਪਰ ਪੂਛ ਥੋੜੀ ਜਿਹੀ ਮੋਟੀ ਏ, ਇਹਦੀ ਨਿਕਲਣੀ ਔਖੀ ਆ। ਹਾਂਜੀ ਉਹ ਵੀ ਖਾ ਦਈਏ। ਵੇਖੋ ਜੀ ਚੁੱਕਤਾ 4 ਰੱਸੀਆਂ ਜੀ। ਹਾਂ ਇਹ ਜਿਹੜੀ ਸਭ ਤੋਂ ਪਹਿਲਾਂ ਰੱਸੀਆਂ ਪਾਈਆਂ ਉਹ ਜੀ ਹੈ ਇਹ। ਤੇ ਜੀ ਚੁੱਕਤਾ ਤੇ ਇੱਧਰ ਦੀਆਂ ਵੀ ਆਪਾਂ 4, ਇੱਧਰਲੇ ਜੀ ਦੀਆਂ ਵੀ 4 ਰੱਸੀਆਂ ਕਰ ਦੇਣੀਆਂ। ਇੱਕ ਪੈ ਗਈ ਆ ਤੇ ਇੱਕ ਹੋਰ ਪਾ ਕੇ ਇਹਨੂੰ ਡਬਲ ਕਰ ਦੇਣਾ। ਤੇ ਵੇਖੋ ਕਿੰਨੀ ਵਧੀਆ ਦਰੀ ਹੋਣੀ ਗਈ ਹੈ, ਮੰਜਾ ਕਿੰਨਾ ਵਧੀਆ ਲੱਗਦਾ। ਗੱਲ ਪਤਾ ਕੀ ਆ, ਗੱਲ ਆ ਵੀ ਜੇ ਅੱਜ ਕੱਲ੍ਹ ਦੀ ਜਿਹੜਾ ਮਹਿੰਗਾਈ ਦਾ ਜ਼ਮਾਨਾ ਵਾ, ਉਹ 'ਚੋਂ ਬੰਦਾ ਘਰੋਂ ਚੀਜ਼ ਜੁਗਾੜ ਲਾ ਲਏ, ਉਹ ਬੰਦੇ 4 ਪੈਸੇ ਬਚਦੇ ਆ ਮਿਹਨਤ ਨਾਲ। ਤੇ ਵੇਖੋ ਜੀ ਜੇ ਜਿਸ ਤਰ੍ਹਾਂ ਮਤਲਬ ਪੱਗ ਦਾ ਕੱਪੜਾ ਪਾੜ ਕੇ ਪਰਨਾ ਬਣਾ ਲਿਆ, ਪਰਨੇ ਦੀ ਲੀਰ ਬਣਾ ਲਈ, ਤੇ ਉਹ ਵੀ ਫਿਰ ਅਕਸਰ ਲੀਰ ਬਣਦੀ ਆ, ਉਹ ਤਾਂ ਪਾੜਦੇ ਹੀ ਆ। ਇਹ ਤੇ ਮਤਲਬ ਮੇਰੀ ਗੱਲ ਸੁਣੋ, ਇਹ ਤੇ ਆਪਾਂ ਕਿਤੇ ਕੋਈ ਉਹੋ ਜਿਹਾ ਗੰਦਾ ਕੰਮ ਕਰਨਾ, ਕੋਈ ਪੈਰ ਲੈ ਕੇ ਚੜ੍ਹਨਾ ਆਪਾਂ ਤੇ ਪੈਰ ਲਮਕਾ ਕੇ ਮੰਜੇ ਤੇ ਬਹਿਣਾ। ਹਾਂਜੀ ਕੱਪੜਾ ਤੇ ਚਾਦਰ ਲਾ ਦੇਣੀ ਆ, ਕੋਈ ਇਹਦੀ ਵਿਅਦ ਵੀ ਨਹੀਂ ਆ। ਜਦੋਂ ਆਪਾਂ ਕਿਸੇ ਮੰਨ ਲਓ ਪੱਗ ਦਾ ਕੱਪੜਾ ਪਰਨਾ ਬਣਾ ਲਈਏ, ਪਰਨੇ ਤੋਂ ਮੁੜ ਕੇ ਨਿੱਕੇ ਪੂਣੇ ਤਾਂ ਲੀਰਾਂ ਬਣਦੀਆਂ ਹੀ ਆ, ਅਤੇ ਅਸੀਂ ਡਾਇਰੈਕਟ ਲੀਰਾਂ ਬਣਾ ਕੇ ਆਪਣਾ ਡੰਗ ਸਾਰ ਲਿਆ, ਤਾਂ ਲੋਕ ਕਹਿੰਦੇ ਤੁਸੀਂ ਵਿਅਦ ਵੀ ਕੀਤੀ ਆ। ਅਤੇ ਜੇ ਜਿਹਨਾਂ ਮੁੱਦਿਆਂ 'ਤੇ ਵਿਅਦਵੀਆਂ 'ਤੇ ਬੋਲਣ ਵਾਲਾ ਹੁੰਦਾ ਉਹ ਤੋਂ ਕੋਈ ਬੋਲਦਾ ਨਹੀਂ। ਅਤੇ ਚਲੋ ਸਾਡੀ ਇਹ ਨਿੱਘ ਜੀ ਸਮਝ ਆ, ਇਹਦੇ ਮੁਤਾਬਕ ਅਸੀਂ ਗੱਲਾਂ ਕਰਦੇ ਹਾਂ, ਬਾਕੀ ਤੁਸੀਂ ਸਾਡੇ ਤੋਂ ਵੱਧ ਸਿਆਣੇ ਜੇ, ਮਾਫ਼ ਕਰਿਓ। ਅਤੇ ਮੰਜਾ ਆਪਣਾ ਤਕਰੀਬਨ ਬਣ ਗਿਆ, ਖਿੱਚੋ ਮਾਤਾ ਜੀ। ਤਾਂ ਤੂੰ ਮਿਸਟਰ ਬੋਧੀ ਰਾਮ, ਬੋਧੀ ਰਾਮ ਸਾਡਾ ਖੇਡਣ ਦਿਆ ਗਜੋਤ ਸਿੰਘ, ਆਹ ਕੀ ਬਣਾਇਆ ਉੱਤੋਂ ਵੇ, ਐਂ ਬੁੱਧਾ ਜਿਹਾ ਬਣਾਇਆ ਹੁੰਦਾ ਹੈ ਨਾ, ਅੱਜ ਤਾਂ ਉਹਨੇ ਕੀਤਾ। ਇਹ ਨਾਰ ਬੰਬ ਸਾਡਾ, ਨਾਰ ਬੰਬ। ਚਲੋ ਜੀ ਮੰਜਾ ਆਪਣਾ ਤਕਰੀਬਨ ਕੰਪਲੀਟ ਹੋ ਗਿਆ। ਅਹਿਮੀਅਤ ਬਦਲ ਜਾਂਦੀ ਆ, ਉਹਦੀ ਅਹਿਮੀਅਤ ਬਦਲ ਜਾਂਦੀ ਆ। ਤੇ ਇੱਕ ਨੇ ਲਿਖਿਆ ਵੀ ਤੁਸੀਂ ਅੱਜ ਕੱਲ੍ਹ ਗਰੀਬਾਂ ਨੂੰ ਦਿਆ ਕਰੋ, ਮਤਲਬ ਪਤਾ ਗੱਲ ਕੋਈ ਗਰੀਬ ਅੱਜ ਕੱਲ੍ਹ ਕੋਈ ਨਹੀਂ, ਸਾਰੇ ਸਿਆਣੇ ਜੁੰਮ ਗਿਆ ਅੱਜ ਕੱਲ੍ਹ ਦੇ ਜ਼ਮਾਨੇ 'ਚ। ਜੇ ਉਹ ਕੋਈ ਉਹਦੀ ਬੇਦ ਵੀ ਕਰਦੇ ਫਿਰ ਉਹਦਾ ਕੌਣ ਜ਼ਿੰਮੇਵਾਰ ਆ? ਉਹ ਵੀ ਵਿਖਾਵਾਂਗੇ ਆਪਾਂ ਵੀ ਉਹ ਬੋਰੀਆਂ ਭਰ ਭਰ ਜਿਹੜੇ ਰੱਖੇ, ਜਿਹੜੀ ਚੀਜ਼ ਵਰਤਣ ਵਾਲੀ ਉਹ ਚੀਜ਼ ਦੇਈ ਦੀ। ਹੁਣ ਆਹ ਡੱਬ ਪਈਆਂ ਪੱਗਾਂ ਜਾਂ ਪਾਰਟੀਆਂ,
ਉਹ ਲੋਕਾਂ ਨੂੰ ਦਿੰਦੇ ਤੇ ਉਹ ਅਗਲੇ ਅੱਜ ਕੱਲ੍ਹ ਤੈਨੂੰ ਪਤਾ ਵੀ ਯਕੀਨੀ ਦਾ ਜ਼ਮਾਨਾ, ਭਾਵੇਂ ਕੋਈ ਕਿੱਡਾ ਗਰੀਬ ਆ ਕੱਪੜਾ ਐਂ ਰੀਹ ਨਾਲ ਪਾਉਂਦਾ ਅਗਲਾ। ਹਾਂ ਉਹ ਵੀ ਵਿਖਾਵਾਂਗੇ ਨਾ ਆਪਣੀਆਂ ਦੋ ਬੋਰੀਆਂ ਭਰ ਕੇ ਰੱਖੀਆਂ। ਚਲੋ ਬਸ ਤੇ ਲਓ ਜੀ ਮੰਜਾ ਆਪਣਾ ਬਣ ਗਿਆ ਬਿਲਕੁਲ ਤਿਆਰ ਆ, ਵੇਖੋ ਕਿੰਨਾ ਵਧੀਆ ਬਣਿਆ। ਤੇ ਸਾਰਾ ਟੱਬਰ ਉੱਤੇ ਮੰਜਾ ਚਾਹ ਮੰਜੇ ਤੇ ਚਾਹ ਨਾਲ ਬੈਠਾ ਵੇਖੋ, ਤੇ ਪੂਰੇ ਕੋਈ ਮੰਜੇ ਨੂੰ ਕੋਈ ਗੱਲਬਾਤ ਨਹੀਂ, ਘਰ ਦਾ ਆਪਣਾ ਬਣਿਆ ਵਾਣ। ਹੋ ਕੀ ਹੋਇਆ ਕਾਕੇ? ਤਾਂ ਜੀ ਮਾਤਾ ਜੀ ਇਹ ਦੋ ਦਿਨ ਹੁਣੇ ਆ ਗਿਆ ਆਪਣੇ ਕੋਲ, ਠੀਕ ਆ। ਉਹ ਜਿਹੜੀ ਜਿਹੜੀ ਜਗ੍ਹਾ ਜਿਹੜੀ ਉਨੀ ਕੁ ਵੱਜ ਗਈ ਜਗ੍ਹਾ। ਹਾਂਜੀ ਹਾਂਜੀ ਅੱਛਾ 5 ਘੰਟਿਆਂ 'ਚ। ਹਾਂਜੀ ਹਾਂਜੀ ਠੀਕ ਆ। ਇਹ 4 ਕਿਲੋ 'ਚ ਵੱਧ ਗਿਆ, ਪਤਾ ਨਵੇਂ ਮੰਜੇ ਤੇ ਬਹਿਣਾ। ਉਹ ਵੇਖ ਰੰਗ ਬਿਰੰਗਾ ਰੰਗ ਬਿਰੰਗਾ। ਚਲੋ ਆ ਜਾਓ ਆ ਜਾਓ ਆ ਜਾਓ। ਛੋਟੀ ਜਿਹੀ ਜਾਣਕਾਰੀ ਜਿਹੜੀ ਤੁਹਾਨੂੰ ਵੀਡੀਓ ਚੰਗੀ ਲੱਗੀ ਐਡੀ ਕੁ ਸਾਡੀ, ਅਤੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਇੱਕ ਨਵੀਂ ਵੀਡੀਓ ਵਿੱਚ, ਤਦ ਤੱਕ ਲਈ ਬਾਏ ਕਰ ਬਾਏ ਸਾਰੇ ਇਕੱਠੇ ਕਰਨਾ, ਤਦ ਤੱਕ ਲਈ ਬਾਏ।